ਪਰ ਇੱਕ ਚੀਜ਼ ਹੋਰ ਵੀ ਆ ਬਾਈ, ਕਿਸਾਨ ਵੀ ਇਹੋ ਜਿਹੇ ਪਏ ਆ ਜਿਹੜੇ ਸਪਰੇਅ ਹੋਰ ਕਰਦੇ, ਲੀਟਰ ਹੋਰ ਸੁੱਟਦੇ ਆ। ਹਾਂ ਇਸ ਤਾਂ ਕਹਿੰਦੇ ਆ ਜੀ ਵੀ ਜਿਹੜੇ ਉੱਥੇ ਜਾਂਦੇ ਉਹ ਸਾਥੋਂ ਫੋਨ ਕਰਕੇ ਇੱਥੇ ਲੈ ਲਓ ਹੀ ਰੇਟ, ਇੱਥੇ ਲੈ ਲਓ ਹੀ ਨਾਲੇ ਪੱਕਾ ਬਿੱਲ। ਹਾਂ ਹੁਣ ਆਪਾਂ ਦੁਕਾਨ ਤੇ ਬਾਗੇ ਖੰਡ ਲੈਣ ਗਏ ਤੇ ਅਗਲਾ ਕਹਿੰਦੇ ਖੰਡ ਤਾਂ ਹੈ ਨਹੀਂ, ਗੁੜ ਲੈ ਜਾ, 10 ਰੁਪਈਆਂ ਦੀ ਕੰਮ ਕਰਦੇ ਆ ਹੋਲਸੇਲ ਦੇ ਰੇਟ। ਅੱਜ ਬਾਈ ਜੀ ਜਿਹੜੀ ਦੁਕਾਨ ਦੇ ਉੱਤੇ ਆਪਾਂ ਆਏ ਆ, ਇੱਥੇ ਤੁਹਾਨੂੰ ਹਰ ਇੱਕ ਕੰਪਨੀ ਦੀ ਦਵਾਈ ਆ ਜਿਹੜੀ ਹੋਲਸੇਲ ਦੇ ਰੇਟ ਦੇ ਉੱਤੇ ਮਿਲੂਗੀ। ਬਾਈ ਰਾਮ ਸਿੰਘ ਕੋਲੇ ਆਏ ਆ, ਗੱਲਾਂ ਬਾਤਾਂ ਕਰਦੇ ਆ, ਪੂਰੀ ਜਾਣਕਾਰੀ ਦੇਊਗਾ ਬਾਈ, ਸੁਣਿਓ ਗੌਰ ਨਾਲ ਬਾਈ ਬਣ ਕੇ। ਮੌੜ ਮੰਡੀ ਬੈਠਿਆ ਜੀ ਬਠਿੰਡਾ ਜ਼ਿਲ੍ਹਾ ਦੇ ਵਿੱਚ, ਅਤੇ ਬਾਈ ਰਾਮ ਢਿੱਲੋਂ ਦੇ ਕੋਲ ਗੱਲਾਂ ਚੱਲ ਪਈਆਂ। ਇੱਥੇ ਬਾਈ ਜੱਗੂ ਕੋਲ ਵੀ ਆਏ ਸੀਗੇ ਅਸੀਂ ਪਹਿਲਾਂ, ਉੱਥੇ ਵੀ ਤੁਹਾਨੂੰ ਸਸਤੇ ਰੇਟਾਂ ਦੀ ਜਿਹੜੀ ਦੁਕਾਨ ਦਿਖਾਈ ਸੀਗੀ, ਅਤੇ ਇੱਥੇ ਗੱਲ ਚੱਲ ਪਈ। ਮੈਂ ਕਿਹਾ ਵੀ ਸਸਤੇ ਦੇ ਚੱਕਰਾਂ ਦੇ ਵਿੱਚ ਲੋਕ ਕਈ ਵਾਰੀ ਇੱਕ ਮੰਡੀ ਇੱਕ ਸ਼ਹਿਰ ਮਸ਼ਹੂਰ ਹੋ ਜਾਂਦਾ ਵੀ ਫਲਾਨੀ ਜਗ੍ਹਾ ਤੋਂ ਸਸਤੀ ਸਪਰੇਅ ਮਿਲਦੀ ਆ, ਫਲਾਨੀ ਜਗ੍ਹਾ ਤੋਂ ਸਸਤੇ ਤੁਹਾਨੂੰ ਬੀਜ ਮਿਲਦੇ ਆ, ਅਤੇ ਕਿਤੇ ਨਾ ਕਿਤੇ ਉੱਥੇ ਆਪਾਂ ਲੁੱਟੇ ਜਾਂਦੇ ਹਾਂ। ਉਹੀ ਸ਼ਹਿਰਾਂ ਦੇ ਵਿੱਚ ਆਪਾਂ ਦੇਖਿਆ ਵੀ ਫੈਕਟਰੀਆਂ ਜਾਲੀ ਫੜੀਆਂ ਜਾਂਦੀਆਂ, ਖਾਦ ਦੀਆਂ ਲਾ ਲਓ, ਪੈਸਟੀਸਾਈਡ ਜੋ ਵੀ ਸਪਰੇਹਾਂ ਦੀਆਂ, ਹੈ ਨਾ, ਪਤਾ ਨਹੀਂ ਕੀ ਕੀ ਭਰ ਭਰ ਆਪਾਂ ਨੂੰ ਦੇਈ ਜਾਂਦੇ ਆ। ਆਹ ਗੁਜਰਾਤ ਗਏ ਸੀਗੇ ਐਤਕੀ ਬੀਜ ਲੈਣ, ਆਹਦੇ ਵੀ ਕਰਾਈ 4 ਆ ਗਿਆ, ਕਰਾਈ 3 ਆ ਗਿਆ, ਕੀ ਸੀਗੀ ਸਾਰੇ ਲੁੱਟ ਕਰਾ ਕੇ ਆਏ ਆ। ਬੁਰਾ ਹਾਲ ਹੋ ਗਿਆ ਨਰਮਾ ਦਾ, ਗੁਜਰਾਤ ਵਾਲਾ ਨਰਮਾ ਜਿੱਥੇ ਵੀ ਹੈਗਾ ਤਾਂ ਬਹੁਤ ਮਾੜੇ ਆ। ਹੁਣ ਇੱਥੋਂ ਵੀ ਆਪਣੇ ਏਰੀਏ ਦੇ ਲੋਕ ਇੱਕ ਹੋਰ ਸ਼ਹਿਰ ਨੂੰ ਨਿਕਲਦੇ ਅੱਗੇ ਸਪਰੇਅ ਲੈਣ, ਉੱਥੇ ਕੀ ਆ ਮਨ ਬਿਨਾਂ ਬਿੱਲ ਤੋਂ ਚੀਜ਼ਾਂ ਆਈ ਜਾਂਦੀਆਂ ਜਿੱਥੇ ਆਪਾਂ ਆਪਣੇ ਨੁਕਸਾਨ ਕਰਾ ਲੈਂਦੇ ਹਾਂ। ਅਤੇ ਇੱਥੇ ਬਾਈ ਕਹਿੰਦਾ ਵੀ ਅਸੀਂ ਉਹੀ ਰੇਟਾਂ ਦੇ ਉੱਤੇ ਤੁਹਾਨੂੰ ਦਵਾਈਆਂ ਦੇਵਾਂਗੇ, ਵਿਦ ਬਿੱਲ ਦੇਵਾਂਗੇ ਅਤੇ ਹੋਲਸੇਲ ਦੇ ਰੇਟ 'ਤੇ। ਹਾਂ ਹੋਲਸੇਲ ਦੇ ਰੇਟ 'ਤੇ ਬਾਈ ਕਿਹੜੇ ਕਿਹੜੇ ਕਿੰਨੇ ਕੁ ਪ੍ਰੋਡਕਟ ਆ ਤੁਹਾਡੇ ਕੋਲ? ਮਤਲਬ ਪ੍ਰੋਡਕਟ ਤਾਂ ਹੁਣ ਕਾਫੀ ਚੱਲਦੇ, ਜਿਵੇਂ ਹੁਣ ਨੋਰਮਲ ਕਿੰਨੀਆਂ ਕੰਪਨੀਆਂ, ਉਹ ਕੰਪਨੀਆਂ ਸਾਡੇ ਕੋਲ ਹੈਗੀਆਂ 15 ਤੋਂ 16 ਕੰਪਨੀਆਂ। ਵਧੀਆ ਵੀ ਬ੍ਰਾਂਡ ਆ ਜਿਹੜੇ ਬ੍ਰਾਂਡ ਹੈ ਜੀ, ਜਿਵੇਂ ਸਾਰਾ ਸਜੈਂਟਾ, ਬੈਰ ਹੋ ਗਿਆ ਜੀ, ਕ੍ਰਿਸਟਲ ਹੋ ਗਿਆ। ਹਾਂ ਵਿਦ ਬਿੱਲ, ਪੱਕਾ ਬਿੱਲ। ਸਸਤੇ ਰੇਟਾਂ ਦਾ ਬਾਈ ਕੀ ਕਾਰਨ ਆ ਫਿਰ ਦੇਣ ਦਾ? ਕਾਰਨ ਤਾਂ ਬਸ ਇਹੀ ਹੈ ਬਾਈ ਜੀ ਵੀ ਅਸੀਂ ਇਕੱਠਾ ਮਾਲ ਲੈਂਦੇ ਹਾਂ। ਅੱਛਾ। ਅਤੇ ਉਹਦੇ ਸਾਨੂੰ ਵੀ ਸਸਤਾ ਮਿਲ ਜਾਂਦਾ। ਇੱਕ ਸਾਡਾ ਐਂ ਵੀ ਮਾਰਜਨ ਅਸੀਂ ਘੱਟ ਰੱਖਦੇ ਹਾਂ, 100 ਨਹੀਂ, ਜਿੱਥੇ 100 ਨਹੀਂ ਕਮਾਉਂਦੇ 10 ਹੀ ਕਮਾਉਂਦੇ ਹਾਂ, 10 ਰੁਪਈਆਂ ਦੀ ਕੰਮ ਕਰਦੇ ਹਾਂ ਹੋਲਸੇਲ ਦੇ ਰੇਟ। ਓਕੇ। ਹਾਂ ਇੱਥੇ ਬਾਈ ਫਿਰ ਤੁਹਾਡੇ ਕੋਲ ਆ ਕੇ ਕੰਟੈਕਟ ਕਰ ਸਕਦਾ? ਹਾਂ ਸਾਡੇ ਕੋਲ ਆ ਕੇ ਕੰਟੈਕਟ ਕਰ ਸਕਦਾ। ਮਤਲਬ ਕੈਸ਼ ਕਾਊਂਟਰ ਆ ਤੁਹਾਡਾ? ਹਾਂ ਸਾਡਾ ਕੈਸ਼ ਕਾਊਂਟਰ। ਕੈਸ਼ ਦਾ ਤਾਂ ਬਾਈ ਹੁੰਦਾ ਹੀ ਹੈ ਨਾ ਵੀ ਅਕਸਰ ਆਪਾਂ ਜਦੋਂ ਚਲੋ ਸਰਦਾ ਨਹੀਂ, ਹੱਥ ਟਾਈਟ ਹੁੰਦੇ ਜ਼ਿਮੀਂਦਾਰ ਦਾ ਵੀ, ਤਾਂ ਉਧਾਰ ਸੁਧਾਰ ਦੇ ਵਿੱਚ ਹੀ ਆਪਾਂ ਨੂੰ ਬੜੇ ਉੱਥੇ ਲੁੱਟੇ ਜਾਂਦੇ ਜੀ। ਹਾਂ ਉੱਥੇ ਲੁੱਟੇ ਜਾਂਦੇ ਜੀ ਆਪਾਂ, ਅਤੇ ਅਕਸਰ ਹੀ ਇਹ ਤਾਂ ਆਪਾਂ ਦੇਖਿਆ ਹੀ ਆ। ਹਾਂ ਜੀ ਰੋਟੀ ਹੋਰ ਕਿਹੜੇ ਬਾਈ? ਇੱਕ ਉਹ ਦੱਸੋ ਵੀ ਇੱਕ ਪਾਸੇ ਦਾ 1600-1700 ਦਾ ਹੈ ਨਾ ਕੋਈ ਲੀਟਰ ਲਾ ਲਓ ਜਾਂ ਕੋਈ ਵੀ ਸਪਰੇਅ ਮਿਲਦੀ ਹੈ ਨਾ। ਹਾਂਜੀ। ਇੱਕ ਪਾਸੇ ਉਹ ਬੰਦਾ ਕਹਿੰਦਾ ਮੈਂ 100 ਜਾਂ 150 ਦਾ ਉਹੀ ਚੀਜ਼ ਦਿੰਦਾ, ਵੀ ਉਹ ਕਿੰਨਾ ਕੁ ਫਰਕ ਹੋਊਗਾ ਉਹਨਾਂ ਦਾ ਓਰਿਜਨਲ ਦਾ? ਬਾਈ ਜਿਹੜਾ 100 ਚ ਦੇਊਗਾ ਉਹ ਕੋਰਾ ਜਿੰਨ ਜਾਂ ਕੁਛ ਵੀ ਰੱਖ ਲਓ ਜੇ ਕਹਿ ਕੇ ਦਿੰਦਾ ਵੀ 1600 ਵਾਲੀ ਚੀਜ਼ ਦਿੰਦਾ, ਉਹ ਹੋਊਗੀ ਨਹੀਂ। ਆਪਾਂ ਵੀ ਇਸ ਗੱਲ ਨੂੰ ਮੰਨਦੇ ਹਾਂ ਬਾਈ, ਇੰਨਾ ਇੰਨਾ ਫਰਕ ਥੋੜ੍ਹੀ ਹੋਊਗਾ। ਬਿਲਕੁਲ ਬਾਈ। ਹੈਂ ਜੇ ਕੋਈ ਚੀਜ਼ 1600 ਦੀ ਹੈ ਤਾਂ ਉਹਨੂੰ ਐਂ ਕਹਿ ਸਕਦੇ। ਇੱਕ ਗੱਲ ਹੋਰ ਵੀ ਆ ਬਾਈ, ਹੈ ਨਾ ਹੁਣ ਚੱਲੀ ਜਾਂਦਾ ਸੀਜ਼ਨ, ਅਤੇ ਆਹੀ ਮੈਨੂੰ ਲੱਗਦਾ 1-2 ਸਪਰੇਹਾਂ ਦਾ। ਹਾਂਜੀ, ਫੰਗੀ ਸਾਈਡ ਚੱਲਦੇ ਹੁਣ, ਫੰਗੀ ਸਾਈਡ ਚੱਲੀ ਜਾਂਦਾ। ਫੰਗੀ ਸਾਈਡ ਦਾ ਵੀ ਆਪਾਂ ਚਲੋ ਠੀਕ ਆ, ਹਰੇਕ ਬੰਦਾ ਸਸਤੇ ਦੇ ਲਾਲਚ ਜਾਂਦਾ, ਪਰ ਸਸਤੇ ਦੇ ਲਾਲਚ 'ਚ ਮੈਂ ਕਹਿੰਦਾ ਵੀ ਯਾਰ ਦਵਾਈ ਕਿਤੋਂ ਵੀ ਲਓ, ਪਰ ਸਸਤੇ ਦੇ ਲਾਲਚ ਨਕਲੀ ਦਵਾਈਆਂ ਤੋਂ ਬਚੋ ਯਾਰ। ਇੱਕ ਸ਼ਹਿਰ ਜਾਂ ਇੱਕ ਮਾਰਕੀਟ ਨੂੰ ਐਂ ਨਾ ਬਣਾ ਲਿਆ ਕਰੋ ਵੀ ਇੱਥੇ ਹੀ ਸਾਰਾ ਕੁਛ ਮਿਲਦਾ, ਇੱਥੇ ਹੀ ਸਸਤਾ। ਮੈਂ ਦੇਖਿਆ ਪਿਛਲੇ ਸਾਲਾਂ ਵੀ ਅਖਬਾਰਾਂ ਦੇ ਵਿੱਚ ਆਪਾਂ ਖਬਰਾਂ ਦੇਖੀਆਂ ਕਿੱਥੋਂ ਕਿੱਥੋਂ ਕੀ ਕੀ ਫੜਿਆ ਗਿਆ ਨਾ, ਪੂਰੀ ਮਾਰਕੀਟ ਮੰਨ ਵੀ ਇੱਕ ਬੰਦਾ ਸਾਰਿਆਂ ਨੂੰ ਬਦਨਾਮ ਕਰ ਦਿੰਦਾ, ਉਹਨੂੰ ਦੇਖ ਦੇਖ ਦੂਜਾ ਲੱਗ ਜਾਂਦਾ ਵੀ ਉਹਦਾ ਤਾਂ ਵਧੀਆ ਕੰਮ ਚੱਲੀ ਜਾਂਦਾ, ਮੈਂ ਵੀ ਉਹਦੇ ਨਾਲ ਦਾ ਮੈਂ 2 ਨੰਬਰ ਦਾ ਧੰਦਾ ਕਰਾਂ ਉਸ ਤਰੀਕੇ ਦਾ ਵੇਚਾਂ। ਸਹੀ ਗੱਲ ਹੈ, ਸਹੀ। ਅਤੇ ਮੌੜ ਮੰਡੀ ਦੇ ਵਿੱਚ ਫਿਰ ਦੱਸ ਜੇ ਬਾਈ ਕੋਲ ਸਾਰੇ ਬ੍ਰਾਂਡ ਹੈਗੇ ਆ, ਸਸਤੇ ਹੈਗੇ ਆ, ਟਿਕਾਊ ਹੈਗੇ ਆ, ਅਤੇ ਪੂਰੇ ਆ ਬਿੱਲ ਪਏ ਆ। ਹੁਣ ਜਿਵੇਂ ਆਪਾਂ ਨੂੰ ਸਬਸਿਡੀ ਲੈਣੀ ਆ ਨਾ ਬਾਈ, ਹਾਂਜੀ, ਸਬਸਿਡੀ ਵਾਸਤੇ ਆਪਾਂ ਨੂੰ ਪੱਕੇ ਬਿੱਲ, ਜਿਵੇਂ ਹੁਣ ਨਰਮੇ ਦੀ ਸਬਸਿਡੀ ਕਹਿ ਰਹੀ ਹੈ ਸਰਕਾਰ, ਉਹਦੇ ਵਾਸਤੇ ਪੱਕਾ ਬਿੱਲ ਚਾਹੀਦਾ ਜੀ। ਜਿਹੜੇ ਵੀਰ ਭਾਈ ਗੁਜਰਾਤ ਚੋਂ ਲੈ ਕੇ ਆਏ ਸੀਗੇ ਤੇ ਉਹਨਾਂ ਨੂੰ ਹੁਣ ਕਿੱਥੋਂ ਬਿੱਲ ਮਿਲ ਜੂਗਾ? ਕਿੱਥੋਂ ਬਿੱਲ ਮਿਲ ਜੂਗਾ? ਸਹੀ ਗੱਲ, ਗੁਜਰਾਤ ਵਾਲਿਆਂ ਦਾ ਕੋਈ ਬਿੱਲ ਨਹੀਂ ਹੈਗਾ, ਕੋਈ ਦਾ ਬਿੱਲ ਨਹੀਂ ਜੀ, ਤੇ ਨਾ ਹੀ ਸਪਰੇਹਾਂ ਦੇ ਆ ਜਿਹੜੇ ਆਪਾਂ ਜਾਣਦੇ ਹਾਂ, ਉਹਨਾਂ ਦੀ ਕੋਈ ਬਿੱਲ ਨਹੀਂ ਜੀ, ਕੋਈ ਉਹਨਾਂ ਦਾ ਲਾਂਭਾ ਨਹੀਂ। ਇੱਥੇ ਅਸੀਂ ਬੈਠੇ ਹਾਂ ਜ਼ਿਮੀਂਦਾਰ ਭਰਾਂਗੇ, ਸਾਨੂੰ ਇਸ ਚੀਜ਼ ਦਾ ਪਤਾ ਜੇ ਕਈ ਵਾਰੀ ਚੀਜ਼ ਆ, ਜੇ ਕੋਈ ਤਾਂ ਕੋਈ ਬੰਦਾ ਚੀਜ਼ ਲੈ ਆਇਆ ਉਹਨੇ ਕੰਮ ਨਹੀਂ ਕਰਿਆ, ਉਹ ਦੁਕਾਨਦਾਰ ਪਤਾ ਕਿ ਉੱਥੋਂ ਵਾਲਾ ਕਹਿੰਦੇ ਯਾਰ ਹੋਰ ਲੈ ਜਾ ਦੁਬਾਰਾ ਕਰ ਦੇ, ਪਰ ਤੁਸੀਂ ਐਂ ਸੋਚੋ ਵੀ ਦੁਬਾਰਾ ਕਰਨੀ ਕਿੰਨੀ ਔਖੀ ਆ ਬਾਈ। ਅੱਜ ਕੱਲ੍ਹ ਇੱਕ ਚੀਜ਼ ਦੇਖਿਆ ਵੀ ਆਪਾਂ ਬ੍ਰਾਂਡ ਦੇ ਵਿੱਚ ਮੈਂ ਦੇਖਦੇ ਹਾਂ ਵੀ ਬ੍ਰਾਂਡ ਦੇ ਵਿੱਚ ਤੁਹਾਨੂੰ ਪੈਸੇ 2 ਰੁਪਏ ਘੱਟ ਬਣਦੇ ਆ। ਹਾਂਜੀ, ਘੱਟ ਬਣਦੇ ਆ। ਜ਼ਿਆਦਾਤਰ ਕਾਊਂਟਰ ਦੇ ਉੱਤੇ ਦਵਾਈ ਕਿਹੜੀ ਦਿਖਾਈ ਜਾਂਦੀ ਆ ਜਿਨ੍ਹਾਂ 'ਚੋਂ ਪੈਸੇ ਵੱਧ ਬਣਦੇ ਆ। ਸਹੀ ਗੱਲ, ਠੀਕ ਆ। ਤੁਸੀਂ ਵੀ ਇੱਥੇ ਬੈਠੇ ਹੋ, ਚੱਲ ਤੂੰ ਤਾਂ ਕਹਿੰਦਾ ਵੀ ਸਾਡੇ ਕੋਲ ਤਾਂ ਹੈ ਹੀ ਬ੍ਰਾਂਡ, ਹੈ ਨਾ। ਬਾਕੀ ਦੇਸੀ ਦਵਾਈਆਂ ਬਾਈ 5-7 ਲੀਟਰ ਧਰ ਦਿੰਦੇ ਆ,
ਵੀ ਲੈ ਜਾ ਕੋਈ ਮਰਜ਼ੀ, ਗਰੰਟੀ ਕੋਈ ਨਹੀਂ, ਗਰੰਟੀ ਕੋਈ, ਗਰੰਟੀ ਕੋਈ ਨਹੀਂ। ਬਾਕੀ ਦੇਖੋ ਜੀ ਸਾਡਾ ਤਾਂ ਕੰਮ ਹੈਗਾ ਇਹ ਦਾ, ਜੇ ਹੁਣ ਆਪਾਂ ਦੁਕਾਨ ਤੇ ਬਾ ਕੇ ਖੰਡ ਲੈਣ ਗਏ ਤੇ ਅਗਲਾ ਕਹਿੰਦੇ ਖੰਡ ਤਾਂ ਹੈ ਨਹੀਂ, ਗੁੜ ਲੈ ਜਾ, ਅਸੀਂ ਤਾਂ ਅਗਲੇ ਨੂੰ ਕਹਿੰਦੇ ਆ ਉਹਦੀ ਵੀ ਉਸ ਨੂੰ ਕਹਿੰਦੇ ਜਿਹੜੀ ਚੀਜ਼ ਮੰਗਦਾ ਕਿ ਉਹੀ ਲੈ ਪਈ ਚੱਕ, ਉਹੀ ਲੈ ਲੈ, ਉਹਦੀ ਵੀ ਰੂਹ ਖੁਸ਼ ਹੋ ਜਾਂਦੀ ਹੈ। ਜੇ ਹੁਣ ਲੈਣ ਕੁਛ ਕੋਰਾ ਜਿੰਨਾ ਅਸੀਂ ਉਹਨੂੰ ਕਹਿੰਦੇ ਵਿਆਹ ਜਿਹਾ ਧੱਕੇ ਨਾਲ ਹੋਰ ਦਵਾਈਆਂ ਦਿਖਾਈਆਂ ਜਾ ਰਹੀਆਂ ਹਨ ਕਿ ਜੇ ਮੈਂ ਕੋਈ ਵੀ ਬ੍ਰਾਂਡ ਦਾ ਨਾਮ ਲੈਤਾ ਵਿਆਹ ਮੈਂ ਬ੍ਰਾਂਡ ਲੈਣਾਗਾ ਤੇ ਪਰ ਆਪਾਂ ਉਹਨੂੰ ਆਖੀਏ ਤੂੰ ਆਹ ਲੈ ਕੇ ਵੀ ਉਹਦੇ ਨਾਲ ਦੀ, ਹਾਂ ਇੱਕ ਵਾਰੀ ਤੂੰ ਕਰਕੇ ਤਾਂ ਦੇਖ ਰਿਜ਼ਲਟ ਵਧੀਆ ਆਊਗਾ। ਤੇ ਐਸੇ ਤਰੀਕੇ ਨਾਲ ਬਈ ਆਪਦਾ ਜਿਹੜਾ ਮਨ ਬਣਾਇਆ ਹੁੰਦਾ, ਜਿਹੜੇ ਆਪਾਂ ਕਿਸੇ ਕਿਸਾਨ ਨੇ ਕੋਈ ਚੀਜ਼ ਵਰਤੀ ਹੁੰਦੀ ਆ ਦੇਖੀ ਹੁੰਦੀ ਆ ਉਹਨੂੰ ਦੇਖ ਕੇ ਬਸ ਉਹਦੇ ਚੰਗੇ ਰਿਜ਼ਲਟ ਆ ਗਏ ਤਾਂ ਆਪਾਂ ਲਾ ਲਓ, ਕਈ ਵਾਰੀ ਆਪਾਂ ਇੱਕ ਦੂਜੇ ਤੋਂ ਲੇਟ ਕਰਦੇ ਹਾਂ। ਪਰ ਇੱਕ ਚੀਜ਼ ਹੋਰ ਵੀ ਆ ਬਈ, ਕਿਸਾਨ ਵੀ ਇਹੋ ਜਿਹੇ ਹੋਏ ਪਏ ਆ ਜਿਹੜੇ ਸਪਰੇ ਹੋਰ ਕਰਦੇ, ਲੀਟਰ ਹੋਰ ਸੁੱਟਦੇ ਆ। ਹਾਂ ਬਹੁਤ ਕੁਛ ਚੱਲਦਾ ਜੀ, ਲੀਟਰ 'ਚ ਹੋਰ ਪਾ ਕੇ ਲਿਆ ਜਿਹੜਾ ਕਿਸਾਨ ਦਾ, ਕਿਸਾਨ ਹੀ ਕਿਸਾਨ ਹੀ ਬੈਰੀ ਹੈ ਜੀ, ਸਹੀ ਗੱਲ ਤਾਂ ਹਾਂਜੀ ਹਾਂਜੀ ਇਹ ਚੀਜ਼ਾਂ ਤੋਂ ਬਈ ਬਸ ਇਹੀ ਬੇਨਤੀਆਂ ਸੀਗੀਆਂ ਬਾਈ ਕੋਲੇ ਬੈਠੇ ਗੱਲਾਂ ਚੱਲ ਪਈਆਂ ਸਾਡੇ ਰਾਮ ਢਿੱਲੋਂ ਸਗਲੱਦੀ ਤੋਂ ਆ ਬਾਈ, ਇਕੱਠੇ ਹੀ ਮਨ ਅੱਗੇ ਪਿੱਛੇ ਜੇ ਪੜ੍ਹੇ ਹਾਂ ਅਸੀਂ ਇੱਥੇ ਬੈਠੇ ਬੈਠੇ ਚੱਲੀਆਂ ਗੱਲਾਂ ਤੇ ਬਾਈ ਦੱਸਣ ਲੱਗ ਗਿਆ ਤਾਂ ਵੀ ਯਾਰ ਐਸ ਲੋਡ ਕਰਕੇ ਵੀ ਹੋਰ ਸ਼ਹਿਰਾਂ ਨੂੰ ਤੁਰੇ ਜਾਂਦੇ ਆ ਜਿੱਥੇ ਬੜੀ ਮਤਲਬ ਨਕਲ ਚੱਲੀ ਜਾਂਦੀ ਆ। ਅਤੇ ਬਾਈ ਦਾ ਕਾਊਂਟਰ ਕੈਸ਼ ਕਾਊਂਟਰ ਆ, ਸਸਤਾ ਕਾਊਂਟਰ ਆ, ਟਿਕਾਊ ਹੋਲਸੇਲ ਦੇ ਰੇਟਾਂ ਦਾ ਕਾਊਂਟਰ ਆ, ਇੱਥੇ ਜ਼ਰੂਰ ਗੇੜਾ ਮਾਰੋ। ਬਾਕੀ ਫੋਨ ਨੰਬਰ ਵੀ ਦਿੰਦੇ ਹਾਂ ਬਾਈ, ਤੁਹਾਡਾ ਟਾਈਟਲ ਚਲੋ ਨੰਬਰ ਪਾ ਦਾਂਗੇ ਨਾਲ ਨਾਲ, ਠੀਕ ਹੈ। ਅਤੇ ਜ਼ਰੂਰ ਬਾਈ ਜਿੰਨਾ ਕੁ ਹੋ ਸਕਿਆ ਕਿਸਾਨ ਭਰਾਵਾਂ ਦਾ ਕਰੋ ਫਾਇਦਾ। ਹਾਂ ਕਿ ਲਾਜ਼ਮੀ ਕਰਾਂਗੇ, ਅਸੀਂ ਤਾਂ ਕਹਿੰਦੇ ਹਾਂ ਜੀ ਵੀ ਜਿਹੜੇ ਉੱਥੇ ਜਾਂਦੇ ਉਹ ਸਾਥੋਂ ਫੋਨ ਕਰਕੇ ਇੱਥੇ ਲੈ ਲਓ, ਉਹੀ ਰੇਟ ਲੈ ਲਓ, ਨਾਲੇ ਪੱਕਾ ਬਿੱਲ। ਹਾਂ ਅਸੀਂ ਤਾਂ ਕਹਿੰਦੇ ਹਾਂ ਵੀ ਲੈ ਲਓ, ਹਾਂ ਵੀ ਹਾਂ ਜਾਣ ਦੀ ਲੋੜ ਹੀ ਨਹੀਂ, ਕਿਤੇ ਨਹੀਂ ਜਾਣ ਦੀ ਲੋੜ, ਕੰਮ ਛੱਡ ਕੇ ਜਾਂਦੇ ਇੱਥੇ ਲਓ ਸਾਥੋਂ ਉਹੀ ਚੀਜ਼ ਇੱਥੇ ਲੈ ਲਓ ਉਹੀ ਰੇਟਾਂ 'ਤੇ। ਠੀਕ ਆ ਜੀ, ਸਤਿ ਸ਼੍ਰੀ ਅਕਾਲ ਅਤੇ ਕਰਿਓ ਵੱਧ ਤੋਂ ਵੱਧ ਸ਼ੇਅਰ।